ਪੜ੍ਹੇ ਲਿਖੇ ਕਿਸਾਨ ਨਾਲ ਮਿਲਾਵਾਂਗੇ ਜਿਹਨੇ ਅਧਿਆਪਕ ਵੀ ਕੀਤਾ, ਬੱਚੇ ਪੜ੍ਹਾਏ ਅਤੇ ਪੜ੍ਹਾਏ ਵੀ ਅੰਗਰੇਜ਼ੀ 'ਚ, ਯਾਨੀ ਕਿ ਆਈਲੈਟ ਸੈਂਟਰ ਦੇ ਵਿੱਚ। ਪੜ੍ਹਿਆ ਲਿਖਿਆ ਕਿਸਾਨ ਹੈ, ਸਮੇਂ ਦਾ ਹਾਣੀ ਹੈ, ਖੇਤੀ ਕਰਦਾ ਹੈ, ਔਰ ਵੱਡੀ ਗੱਲ ਜਿਸ ਕੰਮ ਨੂੰ ਲੋਕ ਛੋਟਾ ਸਮਝਦੇ ਨੇ ਉਹਨੂੰ ਵੱਡਾ ਬਣਾ ਕੇ ਪੇਸ਼ ਕੀਤਾ, ਸਾਫ਼ ਸੁਥਰਾ ਯਾਨੀ ਕਿ ਰੋਹ ਦੇ ਵੇਲਣੇ ਦਾ ਕੰਮ ਕੀਤਾ। ਤਸਵੀਰ ਦਿਖਾ ਦਿੰਦਾ ਕਿ ਇਹ ਨਵੇਂ ਯੁੱਗ ਦੀ ਜਿਹੜੀ ਹੈ ਰੋਹ ਕੱਢਣ ਵਾਲੀ ਮਸ਼ੀਨ ਹੈ, ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਹੈ। ਗੱਲਬਾਤ ਵੀ ਕਰਾਂਗੇ ਅਤੇ ਜਾਣਾਂਗੇ ਕਿੱਦਾਂ ਆਈਡੀਆ ਆਇਆ ਔਰ ਆਪਣੇ ਟਰੈਕਟਰ ਟਰਾਲੀ ਨੂੰ ਇੱਕ ਦੁਕਾਨ ਵਰਗਾ ਰੂਪ ਕਿੱਦਾਂ ਦਿੱਤਾ, ਕਿੰਨੇ ਸਮਝਾਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਵੀਰਪਾਲ ਸਿੰਘ। ਵੀਰਪਾਲ ਸਿੰਘ ਜੀ, ਅਸੀਂ ਦੇਖਿਆ ਕਿ ਤੁਸੀਂ ਆਪਣੀ ਟਰਾਲੀ ਨੂੰ ਇੱਕ ਮੌਲ ਵਰਗਾ ਰੂਪ ਦੇ ਦਿੱਤਾ, ਨਵੇਂ ਯੁੱਗ ਦੀ ਮਸ਼ੀਨ ਲਾ ਲਈ, ਯੋਜਨਾਬੰਦ ਤਰੀਕੇ ਨਾਲ ਰੋਹ ਕੱਢਦੇ ਪਏ, ਇਹ ਆਈਡੀਆ ਕਿੱਦਾਂ ਆਇਆ ਔਰ ਟੀਚਿੰਗ ਕਿਸ ਲਾਈਨ 'ਚ ਕੀਤੀ? ਪਹਿਲਾਂ ਮੈਂ ਟੀਚਿੰਗ ਦੀ ਗੱਲ ਕਰੂੰਗਾ ਜੀ। ਮੈਂ ਪ੍ਰਾਈਵੇਟ ਸੈਕਟਰ ਤੋਂ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ ਪ੍ਰਾਈਵੇਟ ਵੇਖੋ ਜੀ, ਉਹਦੇ ਵਿੱਚ ਕੋਈ ਇੰਨਾ ਸਿਕਿਓਰ ਨਹੀਂ ਆ, ਇੰਨਾ ਉਹਦੇ ਵਿੱਚ ਇਨਕਮ ਨਹੀਂ ਆ, ਅਤੇ ਨਾ ਹੀ ਕੋਈ ਸਾਡੇ ਕੋਈ ਸੈਲਰੀ ਵੱਧਦੀ ਜਾਂ ਕੋਈ ਇੰਕਰੀਮੈਂਟ ਮਿਲਦਾ। ਫਿਰ ਟੀਚਿੰਗ ਤੋਂ ਕਰਦਿਆਂ ਕਰਦਿਆਂ ਬੈਂਕਿੰਗ ਸੈਕਟਰ 'ਚ ਆਇਆ, ਬੈਂਕਿੰਗ ਸੈਕਟਰ ਤੋਂ ਫਿਰ ਮੈਂ ਆਈਲੈਟਸ ਕੋਚਿੰਗ ਦੇਣੀ ਸ਼ੁਰੂ ਕਰਤੀ, ਆਇਲਸ ਅਤੇ PT ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਬਟਾਲੇ ਤੋਂ ਸ਼ੁਰੂ ਕਰਕੇ। ਫਿਰ ਮੇਰਾ ਜਦੋਂ ਐਕਸਪੀਰੀਅੰਸ ਵੇਖਿਆ ਜਾਂ ਮੇਰਾ ਲਿਆਕਤ ਵੇਖੀ ਗਈ, ਤਾਂ ਮੈਨੂੰ ਅੰਮ੍ਰਿਤਸਰ ਵਾਲੇ ਇੱਕ ਸੈਂਟਰ ਨੇ ਅਪਰੋਚ ਕੀਤਾ ਕਿ ਤੁਸੀਂ ਸਾਡੇ ਉੱਥੇ ਆ ਕੇ ਸਰਵਿਸਿਜ਼ ਦਿਓ। ਫਿਰ ਮੈਂ 2014 ਦੇ 13 ਵਿੱਚ ਮੈਂ ਇੱਕ ਸਾਲ ਅਪਡਾਊਨ ਕੀਤਾ ਅਤੇ 14 ਵਿੱਚ ਮੈਂ ਪਰਮਾਨੈਂਟਲੀ ਅੰਮ੍ਰਿਤਸਰ ਮੂਵ ਹੋ ਗਿਆ, ਅਤੇ 13 ਤੋਂ ਲੈ ਕੇ 20 2020 ਤੱਕ ਮੈਂ ਉੱਥੇ ਆਇਲਸ ਅਤੇ PT ਦੀ ਕੋਚਿੰਗ ਦਿੱਤੀ ਅੰਮ੍ਰਿਤਸਰ ਦੇ ਵਿੱਚ। ਅਤੇ ਬ੍ਰੇਕ ਜਦੋਂ ਲੋਕਡਾਊਨ ਲੱਗਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਪ੍ਰੋਫੈਸ਼ਨ ਛੱਡਤਾ। ਖੇਤੀ ਦਾ ਸ਼ੌਕ ਬਚਪਨ ਤੋਂ ਸੀ, ਖਾਸ ਕਰਕੇ ਔਰਗੈਨਿਕ ਖੇਤੀ ਦੀ ਗੱਲ ਕਰਾਂਗਾ, ਜਿਹਦੇ ਕਰਕੇ ਤੁਸੀਂ ਸਰਟੀਫਾਈਡ ਵੀ ਹੋ। ਔਰਗੈਨਿਕ ਖੇਤੀ ਦਾ ਸ਼ੌਕ ਜਾਂ ਖੇਤੀ ਦਾ ਸ਼ੌਕ ਬਚਪਨ ਤੋਂ ਸੀ ਕਿ ਜਾਂ ਫਿਰ ਜਦੋਂ ਪੜ੍ਹ ਲਿਖ ਗਏ ਅਤੇ ਉਦੋਂ ਸ਼ੌਕ ਪੈਦਾ ਹੋਇਆ? ਜਦੋਂ ਤੋਂ ਮੈਨੂੰ ਹੋਸ਼ ਸੰਭਾਲੀ ਆ, ਮੈਂ ਆਪਣੇ ਦਾਦਾ ਜੀ ਨੂੰ ਬੋਲਦਾ ਨਾਲ ਖੇਤੀ ਕਰਦੇ ਵੇਖਿਆ, ਅਤੇ ਮੇਰੇ ਚਾਚਾ ਜੀ ਵੀ ਕਾਫੀ ਖੇਤੀ ਵੱਲ ਉਹਨਾਂ ਦਾ ਤਾਂ ਝੁਕਾਵ ਸੀ, ਉਹ ਕਾਫੀ ਲਿਟਰੇਚਰ ਵੀ ਲਿਆ ਕੇ ਰੱਖਦੇ ਸੀ ਘਰ ਵਿੱਚ ਵੱਖ ਵੱਖ ਫਸਲਾਂ ਦੀ ਖੇਤੀ ਕਰਨ ਦੇ ਤਰੀਕੇ, ਅਤੇ ਮੈਂ ਉਹ ਮਤਲਬ ਜਦੋਂ ਸਿਆਣਾ ਹੋਇਆ ਪੜ੍ਹਨ ਤੋਂ ਮੈਨੂੰ ਜਵਾਬ ਸਮਝ ਆ ਗਈ ਭਾਸ਼ਾ ਪੜ੍ਹਨ ਦੀ, ਅਤੇ ਫਿਰ ਮੈਂ ਕਿਤਾਬਾਂ ਪੜ੍ਹਦਾ, ਅਤੇ ਉਦੋਂ ਤੋਂ ਹੀ ਮੇਰਾ ਧਿਆਨ ਖੇਤੀ ਵੱਲ ਹੋ ਗਿਆ। ਅਤੇ ਫਿਰ ਮੇਰਾ ਧਿਆਨ ਜਿੱਦਾਂ ਕਿ ਖੇਤੀ ਨੂੰ ਇੱਕ ਵਧੀਆ, ਮਤਲਬ ਇਹ ਨਹੀਂ ਕਿ ਸਿਰਫ ਇਹਦੇ ਵਿੱਚੋਂ ਅਸੀਂ ਆਪਣੀ ਆਮਦਨ ਲੈਣੀ ਆ, ਬਾਕੀ ਸਭ ਕੁਝ ਪਵੇ ਢੱਠੇ ਖੂਹ 'ਚ, ਉਹ ਕੰਮ ਨਹੀਂ ਕੀਤਾ। ਮੈਨੂੰ ਇੰਨਾ ਸੀ ਕਿ ਮੈਂ ਕੋਈ ਸਮਾਜ ਵਾਸਤੇ ਵੀ ਕਰਾਂ, ਖੇਤੀ ਨੂੰ ਇੱਕ ਇਹੋ ਜਿਹੀ ਲੀਹਾਂ 'ਤੇ ਲੈ ਕੇ ਆਵਾਂ ਕਿ ਇਹਦੇ ਵਿੱਚ ਜਿਸ ਤਰ੍ਹਾਂ ਕਿ ਉਦੋਂ ਪਿੱਛੇ 'ਚ ਬਹੁਤ ਰੌਲਾ ਚੱਲਿਆ ਸੀ BT ਕਾਟਨ ਜਾਂ BT ਸੀਡਾਂ ਦਾ, ਜਿਹਦੇ ਕਰਕੇ ਕਿ ਕੈਂਸਰ ਬੈਲਟ ਹੋ ਗਈ ਸੀ, ਸੋ ਉਹ ਖਬਰਾਂ ਵੀ ਮੈਂ ਪੜ੍ਹਦਾ ਸੀ, ਸੁਣਦਾ ਸੀ, ਅਤੇ ਉਦੋਂ ਕਰਕੇ ਫਿਰ ਮੇਰਾ ਔਰਗੈਨਿਕ ਖੇਤੀ ਵੱਲ ਰੁਝਾਨ ਸ਼ੁਰੂ ਹੋਣਾ ਹੋ ਗਿਆ, ਇਸ ਕਰਕੇ ਮੈਂ ਔਰਗੈਨਿਕ ਖੇਤੀ ਵੱਲ ਆ ਗਿਆ। ਔਰਗੈਨਿਕ ਖੇਤੀ ਦੇ ਵਿੱਚ ਕੀ ਤੁਸੀਂ ਬੀਜਦੇ ਹੋ, ਕਿੱਦਾਂ ਦੀ ਖੇਤੀ ਕਰਦੇ ਹੋ? ਰਵਾਇਤੀ ਕਣਕ ਝੋਨੇ ਦੇ ਨਾਲ ਨਾਲ ਕੁਛ ਹੋਰ ਵੀ ਬੀਜਦੇ ਹੋ ਜਾਂ ਰਵਾਇਤੀ ਖੇਤੀ ਕਰਦੇ ਹੋ? ਸ਼ੁਰੂ ਵਿੱਚ ਤਾਂ ਅਸੀਂ ਰਵਾਇਤੀ ਹੀ ਕਰਦੇ ਸੀ, ਪਰ ਜਦੋਂ ਥੋੜ੍ਹਾ ਜਿਹਾ ਮੈਂ ਖੇਤੀ ਨੂੰ ਸੰਭਾਲਣਾ ਸ਼ੁਰੂ ਕੀਤਾ ਜਾਂ ਮੈਨੂੰ ਫਿਰ ਮੇਰੇ ਪੇਰੈਂਟਸ ਨੇ ਜਾਂ ਮੇਰੇ ਸਾਰੇ ਬਜ਼ੁਰਗਾਂ ਨੇ ਸਾਨੂੰ ਇਜਾਜ਼ਤ ਦਿੱਤੀ ਕਿ ਆਪਣੇ ਤਰੀਕੇ ਨਾਲ ਤੂੰ ਕਰ ਸਕਦਾ, ਅਤੇ ਫਿਰ ਮੈਂ ਗੰਨੇ ਦੀ ਖੇਤੀ ਵੱਲ ਆਇਆ। ਗੰਨੇ ਦੀ ਖੇਤੀ ਦੇ ਨਾਲ ਨਾਲ ਫਿਰ ਮੈਂ ਗੰਨੇ ਦੇ ਵਿੱਚ ਇੰਟਰਕ੍ਰੋਪਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿੱਦਾਂ ਸਬਜ਼ੀਆਂ ਦੀ ਸ਼ੁਰੂ ਕਰਤੀ, ਫਿਰ ਜਾਂ ਦਾਲਾਂ ਦੀ ਕਰਤੀ ਜਾਂ ਸਰ੍ਹੋਂ ਦੀ ਕਰਤੀ, ਫਿਰ ਇਹਨਾਂ ਚੀਜ਼ਾਂ ਤੋਂ ਕਰਦਿਆਂ ਕਰਦਿਆਂ ਫਿਰ ਮੈਂ ਬਿਲਕੁਲ ਹੀ ਇੱਕ ਖੇਤ ਨੂੰ ਔਰਗੈਨਿਕ ਕਰ ਲਿਆ ਹੋਇਆ ਵਾ। ਉਹ ਪੰਜਾਬ ਐਗਰੋ ਦਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਇੱਕ ਅਦਾਰਾ ਹੈ ਪੰਜਾਬ ਐਗਰੋ, ਜੋ ਕਿ ਖੇਤ ਨੂੰ ਔਰਗੈਨਿਕ ਕਰਦਾ ਮਾਨਤਾ ਦਿੰਦਾ। 2 ਸਾਲ ਹੋ ਗਿਆ, 3ਰੇ ਸਾਲ ਹੁਣ ਮੇਰਾ ਉਹਨੂੰ ਔਰਗੈਨਿਕ ਹੋ ਜਾਣਾ ਖੇਤ, ਅਤੇ ਉਹਨੂੰ ਮੈਂ ਫਿਰ ਪ੍ਰਮਾਣਿਤ ਕਿ ਉਹਦੇ ਵਿੱਚ ਮੈਂ ਜਿਹੜੀ ਫਸਲ ਹੋਊਗੀ ਉਹ ਔਰਗੈਨਿਕ ਹੋਊਗੀ। ਅਤੇ ਬਾਕੀ ਵੀ ਖੇਤਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਘੱਟ ਖਾਦਾਂ ਦਵਾਈਆਂ ਪਾਉਣਾ। ਮੈਂ ਜਿਹੜੇ ਸਾਡੇ ਕੁਦਰਤੀ ਖੇਤੀ ਕਰਨ ਵਾਲੀਆਂ ਸੰਸਥਾਵਾਂ ਨੇ ਜਿਵੇਂ ਭਗਤ ਪੂਰਨ ਸਿੰਘ ਸੰਸਥਾ ਦੇ, ਉਹਨਾਂ ਤੋਂ ਵੀ ਸਮੇਂ ਸਮੇਂ 'ਤੇ ਗਾਈਡੈਂਸ ਲੈਂਦਾ ਰਹਿੰਦਾ,
ਉਹਨਾਂ ਤੋਂ ਦੇਸੀ ਬੀਜ ਲੈ ਕੇ ਉਹ ਬੀਜਦਾ, ਫਿਰ ਮਹਿੰਦਰ ਦੱਤ ਜੀ ਉਹਨਾਂ ਤੋਂ ਵੀ ਸਿੱਖਿਆ ਲਈਦੀ ਆ, ਫਿਰ ਸਾਊਥ ਦੇ ਨੇ ਇੱਕ ਮੈਨੂੰ ਨਾਂ ਉਹਨਾਂ ਦਾ ਹੁਣ ਯਾਦ ਨਹੀਂ ਆ ਰਿਹਾ, ਉਹ ਵੀ ਕਾਫੀ ਵਧੀਆ ਕਰਦੇ ਆ ਕਿ ਖੇਤੀ ਦੀ ਸਿਹਤ ਨੂੰ, ਖੇਤ ਦੀ ਸਿਹਤ ਨੂੰ ਕਿੱਦਾਂ ਸੁਧਾਰਨਾ, ਮਿੱਟੀ ਦੀ ਸਿਹਤ ਨੂੰ ਕਿੱਦਾਂ ਸੁਧਾਰਨਾ, ਖਾਦਾਂ ਦਵਾਈਆਂ 'ਤੇ ਸਿਰਫ ਇਹ ਆ ਕਿ ਜਿਵੇਂ ਅਸੀਂ ਰੇਤ ਵਿੱਚ ਇੱਕ ਟੀਕਾ ਲਾ ਕੇ ਅਤੇ ਸਭ ਫਸਲਾਂ ਰਹਿ ਰਹੇ ਹਾਂ, ਕਿ ਜਦਕਿ ਜੇ ਉਹ ਮਿੱਟੀ ਹੀ ਤੰਦਰੁਸਤ ਹੋ ਜਾਵੇ, ਉਹ 'ਚ ਵੀ ਇਹ ਇੰਨੀ ਜਾਨ ਆ ਜਾਵੇ ਵੀ ਸਾਨੂੰ ਖਾਦਾਂ ਦਵਾਈਆਂ ਦੀ ਪਾਉਣ ਦੀ ਲੋੜ ਹੀ ਨਾ ਪਵੇ, ਤਾਂ ਅਸੀਂ ਇੱਕ ਚੰਗੀ ਫਸਲ ਲੈ ਸਕਾਂਗੇ ਜਿਹੜੀ ਸਾਡੇ ਸਰੀਰ ਲਈ ਵਧੀਆ ਹੋਊਗੀ। ਰਾਓ ਦਾ ਕੰਮ ਕਿਸ ਤਰ੍ਹਾਂ ਸ਼ੁਰੂ ਕੀਤਾ, ਜਿਹੜਾ ਗੰਨੇ ਦਾ ਰਸ ਸ਼ੁਰੂ? ਗੰਨਾ ਜਦੋਂ ਮੈਂ ਗੰਨੇ ਦੀ ਖੇਤੀ ਕਰਨ ਲੱਗਾ ਤਾਂ ਗੰਨਾ ਜਦੋਂ ਮਿੱਲ 'ਚ ਲੈ ਕੇ ਜਾਣਾ ਤਾਂ ਉੱਥੇ ਵੇਖਿਆ ਕਿ ਕਾਫੀ ਕਈ ਵਾਰ ਤਾਂ ਮਿੱਲਾਂ ਨਗਦ ਪੇਮੈਂਟ ਕਰਦੀਆਂ ਸੀ ਜਦੋਂ ਸ਼ੁਰੂ 'ਚ ਆਈਆਂ ਨਵਾਂ, ਜਿੱਦਾਂ ਰਾਣਾ ਸ਼ੁਗਰ ਮਿੱਲ ਆਈ ਸੀ, ਫਿਰ ਬਾਅਦ ਵਿੱਚ ਜਦੋਂ ਮਿੱਲਾਂ ਵਧ ਗਈਆਂ ਫਿਰ ਇਹਨਾਂ ਪੇਮੈਂਟ ਲੇਟ ਕਰਨੀ ਸ਼ੁਰੂ ਕਰਤੀ, ਲੇਟ ਕਰਨ ਤੋਂ ਬਾਅਦ ਫਿਰ ਇੱਕ ਸਟੈਪ ਹੋਰ ਅੱਗੇ ਚੱਲ ਗਏ ਕਿ ਸਾਲ ਤੱਕ ਪੇਮੈਂਟਾਂ ਰੋਕਣ ਲੱਗ ਪਏ। ਹੁਣ ਉਹ ਜ਼ਿਮੀਂਦਾਰ ਜਿਹੜਾ ਖੇਤੀ 'ਤੇ ਨਿਰਭਰ ਆ, ਸਾਲ ਬਾਅਦ ਇੱਕ ਸਾਲ ਉਹ ਆਪਣੀ ਫਸਲ ਬੀਜਦਾ, ਉਹਨੂੰ ਹਾਰਵੈਸਟ ਕਰਨ 'ਚ ਆਉਂਦਾ ਗੰਨੇ ਨੂੰ, ਇੱਕ ਸਾਲ ਲੱਗਦਾ, ਅਤੇ ਇੱਕ ਸਾਲ ਉਹਨੂੰ ਮਿੱਲਾਂ ਉਹਦੀਆਂ ਪੇਮੈਂਟ ਰੱਖਣ ਲੱਗ ਜਾਣਾ, ਅਤੇ ਫਿਰ ਇਹ ਗੱਲ ਨਾ ਥੋੜ੍ਹੀ ਜਿਹੀ ਬਹੁਤ ਬੁਰੀ ਜਿਹੀ ਲੱਗੀ, ਇਚਕਣ ਲੱਗੀ। ਫਿਰ ਮੈਂ ਗੁੜ ਸ਼ੱਕਰ ਦਾ ਕੰਮ ਕੀਤਾ ਅਤੇ ਗੁੜ ਸ਼ੱਕਰ ਵੀ ਮੇਰਾ ਵਧੀਆ, ਚਲੋ ਰਿਸਪੋਂਸ ਦਿੱਤਾ ਲੋਕਾਂ ਨੇ ਕਿ ਬਹੁਤ ਸਾਫ਼ ਸੁਥਰਾ ਸੀ, ਲੈਣ ਲੱਗ ਪਏ। ਫਿਰ ਮੈਂ ਇੱਕ ਹੋਰ ਸਟੈਪ, ਕਿਉਂਕਿ ਮੇਰਾ ਇੱਧਰ ਰੁਝਾਨ ਸੀ ਉੱਧਰ ਹੀ, ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਨਾ ਕਿ ਜਿੱਧਰ ਬੰਦੇ ਦਾ ਰੁਝਾਨ ਹੋਵੇ ਉੱਧਰ ਨੂੰ ਉਹਨੂੰ ਸਾਥੀ ਸੰਗੀ ਮਿਲਦੇ ਜਾਂਦੇ ਆ, ਤਾਂ ਇਸ ਤਰ੍ਹਾਂ ਮੈਨੂੰ ਇੱਕ ਸੰਸਥਾ ਮਿਲੀ ਜਿਹੜੀ ਕਿ ਗੰਨੇ ਤੋਂ ਹੋਰ ਪ੍ਰੋਡਕਟ ਤਿਆਰ ਕਰਕੇ, ਰਸ ਤਾਂ ਹੈ ਹੀ ਇੱਕ ਬੇਸਿਕ ਚੀਜ਼, ਤਾਂ ਰਸ ਤੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਕੇ ਉਹਨੂੰ ਜੇ ਪ੍ਰੋਡਕਟ ਕਰੀਏ ਤਾਂ ਉਹ ਗੁੜ ਸ਼ੱਕਰ ਤੋਂ ਵੀ ਪਤਾ ਲੱਗਿਆ ਕਿ ਤੁਸੀਂ ਚਾਹ ਵੀ ਤਿਆਰ ਕਰਨ ਲੱਗੇ ਹੋ, ਆਈਸਕ੍ਰੀਮ ਵੀ, ਇਹ ਕੀ ਤਿਆਰ ਕਰਨ ਲੱਗੇ? ਗੰਨੇ ਦੇ ਰਸ ਤੋਂ ਇੱਕ ਤਾਂ ਹਰਬਲ ਚਾਹ ਤਿਆਰ ਹੁੰਦੀ ਆ ਜੀ, ਜਿਹਦੇ ਵਿੱਚ ਕਿ ਕੋਈ ਮਿੱਠਾ ਨਹੀਂ ਪੈਣਾ, ਕੋਈ ਪੱਤੀ ਨਹੀਂ ਪੈਣੀ, ਕੋਈ ਦੁੱਧ ਨਹੀਂ ਪੈਣਾ, ਅਤੇ ਨਰੋਲ ਗੰਨੇ ਦੇ ਰਸ ਤੋਂ ਕੁਦਰਤੀ ਮਿੱਠੇ ਨਾਲ ਉਹ ਚਾਹ, ਹਰਬਲ ਚਾਹ ਤਿਆਰ ਹੋਊਗੀ। ਉਸ ਤੋਂ ਇਲਾਵਾ ਗੰਨੇ ਦੇ ਰਸ ਤੋਂ ਫਿਰ ਅਸੀਂ ਸਲੱਸ਼ ਤਿਆਰ ਕਰਾਂਗੇ, ਅਤੇ ਗਰਮੀਆਂ ਦੇ ਵਿੱਚ ਗੰਨੇ ਦੇ ਰਸ ਤੋਂ ਹੀ ਆਈਸਕ੍ਰੀਮ ਆਊਗੀ, ਸਿੰਪਲ ਆਈਸਕ੍ਰੀਮ, ਖੋਏ ਵਾਲੀ ਆਈਸਕ੍ਰੀਮ, ਮਿਕਸ ਫਰੂਟ ਆਈਸਕ੍ਰੀਮ, ਅਤੇ ਹੋਰ ਸਾਰੇ ਗੰਨੇ ਦੇ ਰਸ ਦੇ ਨਾਲ ਜਿੰਨੇ ਵੀ ਸਾਰੇ ਸ਼ੇਕ ਤਿਆਰ ਹੋਣਗੇ। ਅਤੇ ਇਸ ਤੋਂ ਇਲਾਵਾ ਆਪਣੀਆਂ ਇੱਕ ਚੀਜ਼ ਹੋਰ ਮੈਂ ਕਹਾਂਗਾ ਕਿ ਤਿਉਹਾਰਾਂ ਦੇ ਦਿਨ ਜਦੋਂ ਆਪਾਂ ਮਿਠਾਈਆਂ ਖਰੀਦਦੇ ਹਾਂ, ਸਭ ਨੂੰ ਪਤਾ ਕਿ ਮਿੱਠਾ ਸਿਹਤ ਲਈ ਮਾੜਾ, ਪਰ ਫਿਰ ਵੀ ਇੱਕ ਸਾਡੀ ਆਦਤ ਬਣੀ ਹੋਈ ਹੈ ਕਿ ਅਸੀਂ ਮਿਠਾਈ ਹੀ ਖਰੀਦਣੀ ਆ, ਭਾਵੇਂ ਕਿ ਸਾਨੂੰ ਪਤਾ ਕਿ ਮਿਠਾਈ ਕਿਸ ਕੰਡੀਸ਼ਨ 'ਚ, ਕਿਹੜੇ ਹਾਲਾਤਾਂ ਵਿੱਚ ਬਣਦੀ ਹੈ ਅਤੇ ਕਿੰਨੀ ਗੰਦਗੀ 'ਚ ਬਣਦੀ ਆ। ਤਾਂ ਉਸ ਚੀਜ਼ ਨੂੰ ਨਜ਼ਰ ਰੱਖਦੇ ਹੋਏ ਮੈਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਇਹ ਗੰਨੇ ਦੇ ਰਸ ਤੋਂ ਹੀ ਬਣੀਆਂ ਹੋਈਆਂ ਜਲੇਬੀਆਂ, ਗੰਨੇ ਦੇ ਰਸ ਤੋਂ ਬਣਿਆ ਖੋਇਆ, ਗੰਨੇ ਦੇ ਰਸ ਤੋਂ ਹੀ ਬਣਿਆ ਪੇਠਾ, ਪੇੜਾ, ਇਹ ਸਭ ਕੁਝ ਚੀਜ਼ਾਂ ਬਣਾਉਣ ਜਾ ਰਿਹਾ ਹਾਂ। ਜਦੋਂ ਫਿਰ ਲੋਕ ਰੋ ਪੀਣ ਆਉਂਦੇ ਤੁਹਾਡੇ ਕੋਲ, ਅਤੇ ਆ ਕੇ ਦੇਖਦੇ ਆ ਵੀ ਵੈੱਲ ਐਜੂਕੇਟਡ ਬੰਦਾ, ਵਧੀਆ ਡਰੈਸਅਪ, ਐਪਰਨ ਪਾਇਆ ਦਾ, ਅਤੇ ਗੰਨੇ ਦਾ ਰਸ ਵੇਚਦਾ, ਕੋਈ ਕਿਸ ਤਰ੍ਹਾਂ ਦੇ ਕਮੈਂਟ ਕਰਦੇ ਲੋਕ? ਬਹੁਤ ਵਧੀਆ ਕਮੈਂਟ ਮਿਲਦੇ ਆ ਜੀ, ਇੱਕ ਤਾਂ ਰੋ ਵੀ ਬਹੁਤ ਪਸੰਦ ਕਰਦੇ ਆ, ਅਤੇ ਇੱਕ ਫਿਰ ਜਦੋਂ ਮੈਨੂੰ ਇਸ ਤਰ੍ਹਾਂ ਵੇਖਦੇ ਨੇ ਕਿ ਆਪ ਕੰਮ ਕਰ ਰਿਹਾ, ਅਤੇ ਉਹਨਾਂ ਦੇ ਮੂੰਹ ਨਿਕਲਦਾ ਕਿ ਸਾਡੇ ਕਿਤੇ ਬੱਚੇ ਇੱਦਾਂ ਕਰਨ ਲੱਗ ਜਾਣ ਨਾ, ਅਤੇ ਬਾਹਰ ਜਾਣ ਦੀ ਨੌਬਤ ਹੀ ਨਾ ਆਏ, ਅਤੇ ਮਤਲਬ ਦਿਲੋਂ ਕਹਿ ਕੇ ਰੋ ਪੀ ਕੇ ਵੀ 10-10 ਮਿੰਟ ਖਲੋ ਕੇ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ ਆ, ਅਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੂੰਗਾ ਕਿ ਮੇਰੇ ਕਰਕੇ ਜੇ ਕੋਈ ਇੱਕ ਵੀ ਇੱਦਾਂ ਦਾ ਇਸ ਪਾਸੇ ਤੁਰ ਜੇ ਕਿ ਆਪਣੇ ਆਹ ਮਤਲਬ ਕੰਮ ਕਰਨ ਲੱਗ ਜਾਏ ਆਪਣੇ ਖੇਤੀ ਨਾਲ, ਬਸ ਸ਼ਰਮ ਨਾ ਮਹਿਸੂਸ ਕਰਕੇ, ਅਤੇ ਮੈਂ ਆਪਣੇ ਆਪ ਨੂੰ ਇਸ ਕਿੱਤੇ ਨੂੰ ਸਫਲ ਸਮਝੂੰਗਾ। ਜਿਹੜੀ ਨੌਜਵਾਨ ਪੀੜ੍ਹੀ ਬਾਹਰ ਨੂੰ ਭੱਜੀ ਜਾਂਦੀ ਆ, ਮਾਂ ਬਾਪ ਦੇ ਗੱਲ 'ਚ ਬੂਠ ਹੀ ਦੇ ਦਿੰਦੀ ਆ, ਭਾਵੇਂ ਪੈਲੀ ਵਿੱਚੋਂ, ਘਰ ਵਿੱਚੋਂ, ਇਹ ਨਹੀਂ ਕਿ ਪਿੰਡਾਂ ਦੇ, ਸ਼ਹਿਰਾਂ ਦੇ ਵੀ, ਓਵਰਆਲ ਜਨਰੇਸ਼ਨ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕਿ ਖੇਤੀ ਘਾਟੇ ਵੱਧਦੀ ਸੌਦਾ ਕਿ ਲਾਏ ਵੱਧਦੀ? ਇਹ ਚੀਜ਼ ਹੁਣ ਸਾਡੇ ਦੇਖੋ ਬੱਚਿਆਂ ਦੇ ਮਾਪੇ ਤਾਂ ਮਹਿਸੂਸ ਕਰਦੇ ਆ, ਬੱਚਿਆਂ ਦੇ ਅਧਿਆਪਕ ਵੀ ਮਹਿਸੂਸ ਕਰ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੱਛੇ ਜੇ ਸਾਡੇ ਇੱਕ ਸਕੂਲ ਨੇ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆ ਇੱਥੇ ਸ਼ਾਇਦ ਅਬਦਾਲ ਦੇ ਲਾਗੇ, ਉਹਨਾਂ ਸਾਨੂੰ 3 ਕਿਸਾਨਾਂ ਨੂੰ ਆਪਣੇ ਸਕੂਲ ਵਿੱਚ ਸੱਦਿਆ ਅਤੇ ਸਾਡਾ ਸੈਮੀਨਾਰ ਲਵਾਇਆ, ਅਤੇ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਦੇ ਨੂੰ ਅਸੀਂ ਉਹਨਾਂ ਨਾਲ ਰੂਬਰੂ ਹੋਏ, ਅਤੇ ਅਸੀਂ ਆਪਣੇ ਆਪਣੇ ਕਿੱਤੇ ਬਾਰੇ ਦੱਸਿਆ ਕਿ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਆਪਣੀ ਰਵਾਇਤੀ ਖੇਤੀ, ਕਣਕ ਝੋਨੇ ਵਾਲੀ ਖੇਤੀ ਨੂੰ ਛੱਡ ਕੇ ਹੋਰ ਖੇਤੀ ਦੇ ਨਾਲ ਇੱਕ ਇਹੋ ਜਿਹਾ ਜਿਹਨੂੰ ਵੈਲਿਊਡੀਸ਼ਨ ਆਪਾਂ ਕਹਿ ਲੈਂਦੇ ਹਾਂ, ਜਾਂ ਖੁਦ ਮੰਡੀਕਰਨ ਕਹਿ ਲਓ, ਜਾਂ ਕੁਛ ਵੀ ਤੁਸੀਂ ਸ਼ਬਦਾਵਲੀ ਯੂਜ਼ ਕਰਦੇ ਹੋ, ਕਿ ਉਹਨੂੰ ਮੰਡੀ 'ਚ ਲਿਜਾਣ ਦੀ ਬਜਾਏ ਤੁਸੀਂ ਆਪ ਪ੍ਰੋਸੈਸ ਕਰਕੇ ਅਗਰ ਕਰਦੇ ਹੋ ਤਾਂ ਖੇਤੀ ਬਹੁਤ ਲਾਹੇਵੰਦ ਹੁੰਦਾ, ਅਤੇ ਵੱਖ ਵੱਖ ਖੇਤੀ ਵਿਭਿੰਨਤਾ ਲਿਆਓ, ਚਾਹੇ ਉਹ ਬਾਗਾਂ 'ਚ ਲਿਆਓ, ਚਾਹੇ ਉਹ
ਸਟਰੋਬਰੀ ਦੀ ਖੇਤੀ ਕਰ ਲਓ। ਹੁਣ ਮੇਰੇ ਨਾਲ ਸ਼ੇਰੇ ਪੰਜਾਬ ਸਿੰਘ ਸੀ, ਉਹਨਾਂ ਸਟਰੋਬਰੀ ਬਾਰੇ ਜਾਣਕਾਰੀ ਦਿੱਤੀ। ਮੈਂ ਕੁਦਰਤੀ ਖੇਤੀ ਅਤੇ ਖੁਦ ਮਾਰਕੀਟਿੰਗ ਕਰਕੇ ਫਸਲ ਨੂੰ ਵਿੱਚ ਉਹਦੇ ਵਿੱਚ ਵੈਲਿਊਏਸ਼ਨ ਕਰਕੇ ਉਹਨੂੰ ਕਿੱਦਾਂ ਪ੍ਰੋਫਿਟ ਅਸੀਂ ਕਮਾਉਣਾ ਵੱਧ। ਫਿਰ ਇੱਕ ਸਾਡੇ ਕਿਸਾਨ ਸੀ ਅਮਨਦੀਪ ਸਿੰਘ ਬਾਸਰਪੁਰ ਤੋਂ, ਉਹਨਾਂ ਨੇ ਬਾਗਾਂ ਬਾਰੇ ਲੈਕਚਰ ਕੀਤਾ ਕਿ ਕਿਵੇਂ ਬਾਗਾਂ ਤੋਂ ਸਾਨੂੰ ਵਾਧੂ ਆਮਦਨ ਲਈ ਜਾ ਸਕਦੀ ਹੈ। ਸੋ ਇਹਦੇ ਵਿੱਚ ਸਾਡਾ ਤਾਂ ਇਹੋ ਮੈਸੇਜ ਰਹਿੰਦਾ ਕਿ ਅਸੀਂ ਖੇਤੀ, ਜਿਹੜੇ ਬੱਚੇ ਸਿਰਫ ਖੇਤੀ ਨੂੰ ਇਹ ਸੋਚ ਕੇ ਛੱਡ ਕੇ ਜਾ ਰਹੇ ਆ ਕਿ ਖੇਤੀ ਇੱਕ ਲਾਹੇਵੰਦ ਹੁੰਦਾ ਨਹੀਂ ਹੈ, ਇਹ ਬੇਸ਼ੱਕ ਲਾਹੇਵੰਦ ਹੁੰਦਾ, ਪਰ ਤੁਸੀਂ ਇੱਕ ਇਹਨੂੰ ਇੱਕ ਪੂਰਾ ਆਪਣੇ ਜੋਸ਼ ਨਾਲ ਜਾਂ ਇਹਨੂੰ ਪੂਰਾ ਕਰਕੇ ਕਰੋ ਤਾਂ ਵਧੀਆ। ਨਵੇਂ ਯੁੱਗ ਦੇ ਕਿਸਾਨ ਨੇ ਨਵੇਂ ਯੁੱਗ ਦੀ ਤਕਨੀਕ ਲਿਆਂਦੀ ਅਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਨੇ, ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਖੇਤੀ ਕਰੋ, ਕਰੋ ਅਜੋਕੇ ਯੁੱਗ ਦੀ ਨਵੀਂ ਤਕਨੀਕ ਦੀ ਖੇਤੀ ਕਰੋ, ਰਵਾਇਤੀ ਖੇਤੀ ਛੱਡੋ ਤਾਂ ਇਹ ਕਿੱਤਾ ਮਾੜਾ ਨਹੀਂ ਲਾਹੇਵੰਦ ਤੱਤਾ। ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਕੋਲੋਂ ਸੇਧ ਲੈ ਕੇ ਖੇਤੀ ਵੱਲ ਪੈਰ ਵਧਾਉਣਾ ਚਾਹੀਦਾ ਅਤੇ ਆਪਣੇ ਪੰਜਾਬ 'ਚ ਰਹਿ ਕੇ ਹੀ ਰੋਜ਼ੀ ਰੋਟੀ ਕਮਾਉਣਾ ਚਾਹੀਦਾ। ਮੈਂ ਬੰਡੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ ਬਟਾਲਾ।